हेलो एवरीवन, तुहाडे सारिया का स्वागत है तुहाडे अपने यूट्यूब चैनल इट्स जीके गुरु जी ते। दोस्तों, अज दी वीडियो विच आपां गल करांगे वार्ड अटेंडेंट दे पेपर बारे। तुहानू सारिया नू पता होना है कि कुछ टाइम पहला बाबा फरीद यूनिवर्सिटी वालों वार्ड अटेंडेंट दियां 800 असामियां कढ़ियां गईयां सन, जिन्हां दा हले तिकन पेपर नहीं होया है। सो स्टूडेंट यूनियन ने पंजाब दे मुख्यमंत्री चरणजीत सिंह चन्नी नू एक एप्लीकेशन लिखी है, जिहदे विच उन्हां ने कहा है कि नवंबर महीने विच जिहड़े ने वार्ड अटेंडेंट दे पेपर करवाए जाण। ए एप्लीकेशन मैं तुहानू इस वीडियो दे विच ही दसांगा, जिस तों ए जाहिर हुंदा है कि जल्द ही जिहड़ा है वार्ड अटेंडेंट दा एग्जाम करवाया जा सकदा है। हुण दोस्तों आपां गल करदे हां उस एप्लीकेशन दी जिहड़ी कि पंजाब दे मुख्यमंत्री चरणजीत सिंह चन्नी नू पाई गई है वार्ड अटेंडेंट दे एग्जाम नू करवाण वास्ते। ए जिहड़ी एप्लीकेशन है ए टेलीग्राम ग्रुप दे विच पाई गई है ਤਾਂ ਜੋ ਵੱਧ ਤੋਂ ਵੱਧ ਸਟੂਡੈਂਟ ਇਸ ਨਾਲ ਜੁੜ ਸਕਣ। ਤੁਸੀਂ ਵੇਖ ਸਕਦੇ ਹੋ ਚਰਨਜੀਤ ਸਿੰਘ ਚੰਨੀ ਮਾਣਯੋਗ ਮੁੱਖ ਮੰਤਰੀ ਪੰਜਾਬ ਵਿਸ਼ਾ ਤੁਹਾਨੂੰ ਸਭ ਨੇ ਦਿੱਤਾ ਹੋਇਆ ਹੈ ਵਾਰਡ ਅਟੈਂਡੈਂਟ ਦੇ ਲਿਖਤੀ ਪੇਪਰ ਲੈਣ ਸੰਬੰਧੀ। ਇਹਦੇ ਵਿੱਚ ਜਿਹੜਾ ਹੈ ਮੀਮੋ ਨੰਬਰ ਵੀ ਤੁਸੀਂ ਵੇਖ ਸਕਦੇ ਹੋ, ਇਹ ਜਿਹੜੀਆਂ ਪੋਸਟਾਂ ਕਦੋਂ ਆਈਆਂ ਸੀ ਇਹ ਸਭ ਕੁਝ ਤੁਸੀਂ ਵੇਖ ਸਕਦੇ ਹੋ। ਇਹਨਾਂ ਦੀ ਜਿਹੜੀਆਂ ਟੋਟਲ ਅਸਾਮੀਆਂ ਸੀਗੀਆਂ ਉਹ 800 ਸੀਗੀਆਂ, ਇਹ ਤੁਸੀਂ ਵੇਖ ਸਕਦੇ ਹੋ। ਸਭ ਕੁਝ ਇਸ ਐਪਲੀਕੇਸ਼ਨ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਹੈ। ਇਹ ਐਪਲੀਕੇਸ਼ਨ ਤੁਸੀਂ ਵੇਖ ਸਕਦੇ ਹੋ। ਇਸ ਐਪਲੀਕੇਸ਼ਨ ਤੋਂ ਇਹ ਜਾਹਿਰ ਹੁੰਦਾ ਹੈ ਕਿ ਜਲਦ ਹੀ ਜਿਹੜਾ ਹੈ ਤੁਹਾਡਾ ਵਾਰਡ ਅਟੈਂਡੈਂਟ ਦਾ ਇਗਜ਼ਾਮ ਲਿਆ ਜਾਵੇਗਾ, ਅਤੇ ਇਸ ਦੇ ਲਈ ਜਿਹੜੀ ਹੈ ਪ੍ਰੀਪਰੇਸ਼ਨ ਆਪਾਂ ਹੁਣੇ ਤੋਂ ਸ਼ੁਰੂ ਕਰ ਦਿੰਦੇ ਹਾਂ। ਅਤੇ ਇਸ ਵੀਡੀਓ ਦੇ ਨਾਲ ਹੀ ਮੈਂ ਤੁਹਾਨੂੰ ਕੁਝ ਬਹੁਤ ਹੀ ਇੰਪੋਰਟੈਂਟ ਕੁਐਸਚਨ ਜਿਹੜੇ ਵਾਰਡ ਅਟੈਂਡੈਂਟ ਦੇ ਇਗਜ਼ਾਮ ਵਿੱਚ ਆ ਸਕਦੇ ਨੇ ਉਹ ਤੁਹਾਨੂੰ ਮੈਂ ਕਰਵਾਵਾਂਗਾ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਨੂੰ। ਹੈਲੋ ਐਵਰੀਵਨ, ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਇਟਸ ਜੀਕੇ ਗੁਰੂ ਜੀ 'ਤੇ। ਦੋਸਤੋ, ਅੱਜ ਦੀ ਕਲਾਸ ਵਿੱਚ ਆਪਾਂ ਡਿਸਕਸ ਕਰਾਂਗੇ ਹੋਸਪਿਟਲ ਕੇਅਰ ਬਾਰੇ। ਹੋਸਪਿਟਲ ਕੇਅਰ ਬਾਰੇ ਜਿਹੜੇ ਵੀ ਕੁਐਸਚਨ ਵਾਰਡ ਅਟੈਂਡੈਂਟ ਦੇ ਇਗਜ਼ਾਮ ਵਿੱਚ ਪੁੱਛੇ ਜਾ ਸਕਦੇ ਨੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ। ਦੋਸਤੋ, ਇਸ ਵੀਡੀਓ ਦੇ ਵਿੱਚੋਂ ਤੁਹਾਨੂੰ ਕਾਫੀ ਕੁਐਸਚਨ ਜਿਹੜੇ ਨੇ ਤੁਹਾਡੇ ਇਗਜ਼ਾਮ ਦੇ ਵਿੱਚ ਵੇਖਣ ਨੂੰ ਮਿਲਣਗੇ। ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਣਾ ਹੈ, ਜਿਸ ਨਾਲ ਤੁਹਾਨੂੰ ਇਸ ਦਾ ਪੂਰਾ ਫਾਇਦਾ ਮਿਲ ਸਕੇ। ਇਹਨਾਂ ਕੁਐਸਚਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ। ਦੋਸਤੋ, ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਨੂੰ। ਆਪਣਾ ਫਸਟ ਕੁਐਸਚਨ ਹੈ ਜੀ, ਹੋਸਪਿਟਲ ਵਿੱਚ ਕਿੰਨੇ ਤਰ੍ਹਾਂ ਦਾ ਕੂੜਾ ਕਰਕਟ ਪਾਇਆ ਜਾਂਦਾ ਹੈ? ਤੁਹਾਡੇ ਕੋਲ ਚਾਰ ਆਪਸ਼ਨ ਨੇ। ਆਪਸ਼ਨ ਏ ਹੈ ਜੀ ਇੱਕ ਪ੍ਰਕਾਰ ਦਾ, ਆਪਸ਼ਨ ਬੀ ਹੈ ਜੀ ਦੋ ਪ੍ਰਕਾਰ ਦਾ, ਆਪਸ਼ਨ ਸੀ ਹੈ ਜੀ ਤਿੰਨ ਪ੍ਰਕਾਰ ਦਾ, ਅਤੇ ਆਪਸ਼ਨ ਡੀ ਹੈ ਜੀ ਚਾਰ ਪ੍ਰਕਾਰ ਦਾ। ਇਸ ਦਾ ਕਰੈਕਟ ਆਨਸਰ ਹੈ ਜੀ ਆਪਣੇ ਕੋਲ ਆਪਸ਼ਨ ਨੰਬਰ ਡੀ ਚਾਰ ਪ੍ਰਕਾਰ ਦਾ। ਨੈਕਸਟ ਕੁਐਸਚਨ ਵੇਖਦੇ ਹਾਂ ਜੀ। ਆਪਣਾ ਨੈਕਸਟ ਕੁਐਸਚਨ ਹੈ ਜੀ, ਹੋਸਪਿਟਲ ਵਿੱਚ ਕਿੰਨੇ ਤਰ੍ਹਾਂ ਦੇ ਡੱਬੇ ਜਾਂ ਡਸਟਬਿਨ ਜਾਂ ਬਿਨ ਪਾਏ ਜਾਂਦੇ ਹਨ? ਤੁਹਾਡੇ ਕੋਲ ਚਾਰ ਆਪਸ਼ਨ ਨੇ। ਆਪਸ਼ਨ ਏ ਹੈ ਜੀ ਇੱਕ, ਆਪਸ਼ਨ ਨੰਬਰ ਬੀ ਹੈ ਜੀ ਦੋ, ਆਪਸ਼ਨ ਨੰਬਰ ਸੀ ਹੈ ਜੀ ਤਿੰਨ, ਆਪਸ਼ਨ ਨੰਬਰ ਡੀ ਹੈ ਜੀ ਚਾਰ, ਅਤੇ ਆਪਸ਼ਨ ਨੰਬਰ ਈ ਹੈ ਜੀ ਪੰਜ। ਇਸ ਦਾ ਕਰੈਕਟ ਆਨਸਰ ਆਪਣੇ ਕੋਲ ਹੈ ਜੀ ਆਪਸ਼ਨ ਨੰਬਰ ਡੀ ਚਾਰ। ਹੋਸਪਿਟਲ ਦੇ ਵਿੱਚ ਤੁਹਾਨੂੰ ਚਾਰ ਤਰ੍ਹਾਂ ਦੇ ਡੱਬੇ ਜਾਂ ਡਸਟਬਿਨ ਵੇਖਣ ਨੂੰ ਮਿਲਣਗੇ। ਦੋਸਤੋ, ਉਵੇਂ ਪੰਜ ਤਰ੍ਹਾਂ ਦੇ ਹੁੰਦੇ ਨੇ, ਲੇਕਿਨ ਉਹਦੇ ਵਿੱਚ ਇੱਕ ਬਲੈਕ ਕਲਰ ਦਾ ਹੁੰਦਾ ਹੈ ਜਿਹਨੂੰ ਆਪਾਂ ਉਹਦੇ ਵਿੱਚ ਜਿਹੜਾ ਹੈ ਕਾਊਂਟ ਨਹੀਂ ਕਰਦੇ। ਜੇਕਰ ਤੁਹਾਨੂੰ ਇਹ ਕੁਐਸਚਨ ਆਉਂਦਾ ਹੈ ਤਾਂ ਤੁਸੀਂ ਆਪਸ਼ਨ ਨੰਬਰ ਡੀ ਯਾਨੀ ਚਾਰ ਕਰੈਕਟ ਕਰਨਾ ਹੈ। ਨੈਕਸਟ ਕੁਐਸਚਨ ਵੇਖਦੇ ਹਾਂ ਜੀ। ਆਪਣਾ ਨੈਕਸਟ ਕੁਐਸਚਨ ਹੈ ਜੀ, ਹੋਸਪਿਟਲ ਵਿੱਚ ਕਿਹੜੇ ਕਿਹੜੇ ਰੰਗ ਦੇ ਡੱਬੇ ਪਾਏ ਜਾਂਦੇ ਹਨ? ਯਾਨੀ ਕਿਹੜੇ ਕਿਹੜੇ ਰੰਗ ਦੇ ਡਸਟਬਿਨ ਪਾਏ ਜਾਂਦੇ ਨੇ? ਤੁਹਾਡੇ ਕੋਲ ਚਾਰ ਆਪਸ਼ਨ ਨੇ। ਆਪਸ਼ਨ ਏ ਹੈ ਜੀ ਸਫੇਦ, ਨੀਲਾ, ਪੀਲਾ, ਲਾਲ, ਕਾਲਾ। ਆਪਸ਼ਨ ਬੀ ਹੈ ਜੀ ਲਾਲ ਅਤੇ ਹਰਾ। ਆਪਸ਼ਨ ਨੰਬਰ ਸੀ ਹੈ ਜੀ ਗੁਲਾਬੀ, ਹਰਾ, ਨੀਲਾ। ਆਪਸ਼ਨ ਨੰਬਰ ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਏ ਚੁਣੇ ਹੈ ਜੀ, ਉਹਨਾਂ ਦਾ ਆਂਸਰ ਬਿਲਕੁਲ ਕਰੈਕਟ ਹੈ ਜੀ। ਹੋਸਪਿਟਲ ਦੇ ਵਿੱਚ ਤੁਹਾਨੂੰ ਸਫੇਦ ਰੰਗ ਦਾ ਡੱਬਾ, ਨੀਲੇ ਰੰਗ ਦਾ ਡੱਬਾ, ਪੀਲੇ ਰੰਗ ਦਾ ਡੱਬਾ ਅਤੇ ਲਾਲ ਰੰਗ ਦਾ ਡੱਬਾ ਜਿਹੜਾ ਹੈ ਦੇਖਣ ਨੂੰ ਮਿਲੇਗਾ। ਅਤੇ ਇਸ ਤੋਂ ਇਲਾਵਾ ਇੱਕ ਕਾਲੇ ਰੰਗ ਦਾ ਡੱਬਾ ਵੀ ਉੱਥੇ ਹੁੰਦਾ ਹੈ, ਜਿਹਦੇ ਵਿੱਚ ਜਿਹੜਾ ਹੈ ਕੂੜਾ ਕਰਕਟ ਪਾਇਆ ਜਾਂਦਾ ਹੈ। ਨੈਕਸਟ ਕੁਐਸਚਨ ਵੇਖਦੇ ਹਾਂ ਜੀ। ਆਪਣਾ ਨੈਕਸਟ ਕੁਐਸਚਨ ਹੈ ਜੀ, ਸਫੇਦ ਡੱਬੇ ਵਿੱਚ ਕਿਸ ਤਰ੍ਹਾਂ ਦਾ ਕੂੜਾ ਪਾਇਆ ਜਾਂਦਾ ਹੈ? ਜਿਹੜਾ ਸਫੇਦ ਡੱਬਾ ਹੈ ਜਾਂ ਸਫੇਦ ਜਿਹੜਾ ਡਸਟਬਿਨ ਹੈ ਉਹਦੇ ਵਿੱਚ ਕਿਸ ਪ੍ਰਕਾਰ ਦਾ ਕੂੜਾ ਕਰਕਟ ਜਿਹੜਾ ਹੈ ਉਹਦੇ ਵਿੱਚ ਪਾਇਆ ਜਾਂਦਾ ਹੈ? ਤੁਹਾਡੇ ਕੋਲ ਚਾਰ ਆਪਸ਼ਨ ਨੇ। ਆਪਸ਼ਨ ਏ ਹੈ ਜੀ ਨੀਡਲ ਯਾਨੀ ਸੂਈ, ਆਪਸ਼ਨ ਬੀ ਹੈ ਜੀ ਸਰੰਜ,
ਆਪਸ਼ਨ ਨੰਬਰ ਸੀ ਹੈ ਜੀ ਆਪਣੇ ਕੋਲ ਐਨੀਥਿੰਗ ਸ਼ਾਰਪ ਕਿਸੇ ਤਰ੍ਹਾਂ ਦੀ ਤਿੱਖੀ ਚੀਜ਼। ਆਪਸ਼ਨ ਨੰਬਰ ਡੀ ਹੈ ਜੀ ਉਪਰੋਕਤ ਸਾਰੇ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਡੀ ਚੁਣਿਆ ਜੀ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ। ਨੈਕਸਟ ਕੁਸ਼ ਆਪਣਾ ਨੈਕਸਟ ਕੁਸ਼ਚਨ ਹੈ ਜੀ, ਲਾਲ ਰੰਗ ਦੇ ਡੱਬੇ ਵਿੱਚ ਕਿਸ ਤਰ੍ਹਾਂ ਦਾ ਕੂੜਾ ਕਰਕਟ ਪਾਇਆ ਜਾਂਦਾ ਹੈ। ਜਿਹੜਾ ਲਾਲ ਰੰਗ ਦਾ ਡੱਬਾ ਹੁੰਦਾ ਜੀ ਹੋਸਪਿਟਲ ਦੇ ਵਿੱਚ, ਜਾਂ ਲਾਲ ਰੰਗ ਦਾ ਜਿਹੜਾ ਡਸਟਬਿਨ ਹੁੰਦਾ ਹੈ ਉਹਦੇ ਵਿੱਚ ਕਿਸ ਪ੍ਰਕਾਰ ਦਾ ਕੂੜਾ ਕਰਕਟ ਜਿਹੜਾ ਹੈ ਪਾਇਆ ਜਾਂਦਾ ਹੈ, ਇਹ ਕੁਸ਼ਚਨ ਤੁਹਾਡੇ ਕੋਲੋਂ ਪੁੱਛਿਆ ਗਿਆ ਹੈ। ਤੁਹਾਡੇ ਕੋਲ ਚਾਰ ਆਪਸ਼ਨ ਨੇ, ਆਪਸ਼ਨ ਏ ਹੈ ਜੀ ਆਈ ਵੀ ਟਿਊਬ, ਆਪਸ਼ਨ ਨੰਬਰ ਬੀ ਹੈ ਜੀ ਆਈ ਵੀ ਬੋਟਲ ਜਾਂ ਸਿਰਿੰਜ ਬਗੈਰ ਸੂਈ। ਇਸ ਤੋਂ ਇਲਾਵਾ ਆਪਸ਼ਨ ਸੀ ਹੈ ਜੀ ਪਲਾਸਟਿਕ ਬੈਗਸ। ਆਪਸ਼ਨ ਨੰਬਰ ਡੀ ਹੈ ਜੀ ਆਪਣੇ ਕੋਲ ਉਪਰੋਕਤ ਸਾਰੇ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਡੀ ਚੁਣਿਆ ਜੀ ਉਪਰੋਕਤ ਸਾਰੇ, ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ। ਲਾਲ ਰੰਗ ਦੇ ਡੱਬੇ ਵਿੱਚ ਇਹ ਜਿਹੜਾ ਉੱਤੇ ਜਿਹੜੇ ਤਿੰਨ ਆਪਸ਼ਨ ਦਿੱਤੇ ਹੋਏ ਨੇ, ਇਹ ਸਾਰਾ ਮਟੀਰੀਅਲ ਜਿਹੜਾ ਹੈ ਜੀ ਇਹ ਲਾਲ ਰੰਗ ਦੇ ਡੱਬੇ ਵਿੱਚ ਪਾਇਆ ਜਾਂਦਾ ਹੈ। ਆਸਾਨ ਭਾਸ਼ਾ ਵਿੱਚ ਆਪਾਂ ਕਹਿ ਸਕਦੇ ਹਾਂ ਜੀ, ਜਿਹੜੀ ਵੀ ਪਲਾਸਟਿਕ ਦੀ ਵਸਤੂ ਹੈ ਜੀ ਉਹ ਆਪਾਂ ਲਾਲ ਰੰਗ ਦੇ ਡੱਬੇ ਵਿੱਚ ਪਾਣੀ ਹੁੰਦੀ ਹੈ। ਨੈਕਸਟ ਕੁਸ਼ਚਨ ਵੇਖਦੇ ਹਾਂ ਜੀ, ਆਪਣਾ ਨੈਕਸਟ ਕੁਸ਼ਚਨ ਹੈ ਜੀ, ਪੀਲੇ ਰੰਗ ਦੇ ਡੱਬੇ ਵਿੱਚ ਕਿਸ ਤਰ੍ਹਾਂ ਦਾ ਕੂੜਾ ਪਾਇਆ ਜਾਂਦਾ ਹੈ। ਜਿਹੜਾ ਹੋਸਪਿਟਲ ਦੇ ਵਿੱਚ ਪੀਲੇ ਰੰਗ ਦਾ ਜਿਹੜਾ ਡਸਟਬਿਨ ਹੁੰਦਾ ਹੈ ਉਹਦੇ ਵਿੱਚ ਕਿਸ ਪ੍ਰਕਾਰ ਦਾ ਕੂੜਾ ਪਾਇਆ ਜਾਂਦਾ ਹੈ। ਤੁਹਾਡੇ ਕੋਲ ਚਾਰ ਆਪਸ਼ਨ ਨੇ, ਆਪਸ਼ਨ ਏ ਹੈ ਜੀ ਪੱਟੀ ਟਿਸ਼ੂ ਜਿਨ੍ਹਾਂ ਦੇ ਖੂਨ ਲੱਗਿਆ ਹੋਵੇ, ਇਸ ਤੋਂ ਇਲਾਵਾ ਆਪਸ਼ਨ ਬੀ ਹੈ ਜੀ ਆਪਣੇ ਕੋਲ ਕੋਟਨ ਬੈਂਡਡ ਜਿਨ੍ਹਾਂ ਦੇ ਵੀ ਖੂਨ ਲੱਗਿਆ ਹੋਵੇ, ਇਸ ਤੋਂ ਇਲਾਵਾ ਆਪਸ਼ਨ ਨੰਬਰ ਸੀ ਹੈ ਜੀ ਪੁਰਾਣੀ ਦਵਾਈਆਂ ਅਤੇ ਕੈਮੀਕਲ, ਆਪਸ਼ਨ ਨੰਬਰ ਡੀ ਹੈ ਜੀ ਉਪਰੋਕਤ ਸਾਰੇ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਡੀ ਚੁਣਿਆ ਜੀ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ, ਉਪਰੋਕਤ ਸਾਰੇ। ਉਪਰੋਕਤ ਸਾਰੇ ਤੋਂ ਭਾਵ ਹੈ ਜੀ ਜਿੰਨੇ ਵੀ ਪੱਟੀਆਂ, ਟਿਸ਼ੂ, ਕੋਟਨ ਬੈਂਡਡ, ਪੁਰਾਣੀਆਂ ਦਵਾਈਆਂ, ਕੈਮੀਕਲ ਜਾਂ ਜਿਨ੍ਹਾਂ ਦੇ ਵੀ ਬਲੱਡ ਲੱਗਿਆ ਹੋਵੇ, ਜਿਹੜੀਆਂ ਸੰਕ੍ਰਮਣ ਚੀਜ਼ਾਂ ਨੇ ਉਹ ਕਿਹਦੇ ਵਿੱਚ ਪਾਣੀਆਂ ਨੇ, ਆਪਾਂ ਪੀਲੇ ਰੰਗ ਦੇ ਡੱਬੇ ਵਿੱਚ। ਨੈਕਸਟ ਕੁਸ਼ਚਨ ਵੇਖਦੇ ਹਾਂ ਜੀ, ਆਪਣਾ ਨੈਕਸਟ ਕੁਸ਼ਚਨ ਹੈ ਜੀ, ਨੀਲੇ ਰੰਗ ਦੇ ਡੱਬੇ ਵਿੱਚ ਕਿਸ ਤਰ੍ਹਾਂ ਦਾ ਕੂੜਾ ਕਰਕਟ ਸੁੱਟਿਆ ਜਾਂਦਾ ਹੈ। ਜਿਹੜਾ ਹੋਸਪਿਟਲ ਦੇ ਵਿੱਚ ਨੀਲੇ ਰੰਗ ਦਾ ਡੱਬਾ ਹੁੰਦਾ ਹੈ ਜਾਂ ਨੀਲੇ ਰੰਗ ਦਾ ਜਿਹੜਾ ਡਸਟਬਿਨ ਹੁੰਦਾ ਹੈ ਉਹਦੇ ਵਿੱਚ ਕਿਸ ਪ੍ਰਕਾਰ ਦਾ ਕੂੜਾ ਪਾਇਆ ਜਾਂਦਾ ਹੈ। ਤੁਹਾਡੇ ਕੋਲ ਚਾਰ ਆਪਸ਼ਨ ਨੇ, ਆਪਸ਼ਨ ਏ ਹੈ ਜੀ ਕੱਚ ਦੀ ਬ੍ਰੋਕਨ ਬੋਟਲਸ, ਟੁੱਟੀ ਹੋਈਆਂ ਬੋਤਲਾਂ ਜਿਹੜੀਆਂ ਕੱਚ ਦੀਆਂ ਹੁੰਦੀਆਂ ਨੇ। ਆਪਸ਼ਨ ਬੀ ਹੈ ਜੀ ਕੱਚ ਦੀ ਇੰਪਲਸ। ਆਪਸ਼ਨ ਸੀ ਹੈ ਜੀ ਕੱਚ ਨਾਲ ਸੰਬੰਧਿਤ ਮੈਡੀਸਿਨਸ। ਆਪਸ਼ਨ ਨੰਬਰ ਡੀ ਹੈ ਜੀ ਉਪਰੋਕਤ ਸਾਰੇ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਡੀ ਚੁਣਿਆ ਜੀ ਉਪਰੋਕਤ ਸਾਰੇ, ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ। ਜਿਹੜੀਆਂ ਵੀ ਕੱਚ ਨਾਲ ਰਿਲੇਟਿਡ ਸੰਕ੍ਰਮਿਤ ਚੀਜ਼ਾਂ ਨੇ ਜਾਂ ਟੁੱਟਿਆ ਹੋਇਆ ਕੱਚ ਹੈ ਉਹ ਸਾਰਾ ਕੁਝ ਆਪਾਂ ਨੀਲੇ ਰੰਗ ਦੇ ਡੱਬੇ ਵਿੱਚ ਪਾਉਣਾ ਹੈ। ਨੈਕਸਟ ਕੁਸ਼ਚਨ ਵੇਖਦੇ ਹਾਂ ਜੀ, ਆਪਣਾ ਨੈਕਸਟ ਕੁਸ਼ਚਨ ਹੈ ਜੀ, ਕਾਲੇ ਰੰਗ ਦੇ ਡੱਬੇ ਵਿੱਚ ਕਿਸ ਤਰ੍ਹਾਂ ਦਾ ਕੂੜਾ ਕਰਕਟ ਸੁੱਟਿਆ ਜਾਂਦਾ ਹੈ। ਜਿਹੜਾ ਹੋਸਪਿਟਲ ਦੇ ਵਿੱਚ ਕਾਲੇ ਰੰਗ ਦਾ ਡੱਬਾ ਹੁੰਦਾ ਹੈ, ਕਾਲੇ ਰੰਗ ਦਾ ਜਿਹੜਾ ਡਸਟਬਿਨ ਹੁੰਦਾ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਕੂੜਾ ਸੁੱਟਿਆ ਜਾਂਦਾ ਹੈ। ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ, ਆਪਸ਼ਨ ਏ ਹੈ ਜੀ ਪੇਪਰ, ਆਪਸ਼ਨ ਨੰਬਰ ਬੀ ਹੈ ਜੀ ਪਲਾਸਟਿਕ, ਆਪਸ਼ਨ ਨੰਬਰ ਸੀ ਹੈ ਜੀ ਮਿਊਂਸੀਪੈਲਿਟੀ ਵੇਸਟੇਜ, ਜਿਹੜਾ ਵੀ ਮਿਊਂਸੀਪੈਲਿਟੀ ਇੱਥੋਂ ਹੋਸਪਿਟਲ ਤੋਂ ਵਿੱਚੋਂ ਚੁੱਕ ਕੇ ਲੈ ਕੇ ਜਾਂਦੀ ਹੈ। ਆਪਸ਼ਨ ਨੰਬਰ ਡੀ ਹੈ ਜੀ ਉਪਰੋਕਤ ਸਾਰੇ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਡੀ ਚੁਣਿਆ ਜੀ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ, ਉਪਰੋਕਤ ਸਾਰੇ। ਪੇਪਰ, ਪਲਾਸਟਿਕ ਦੀਆਂ ਜਿਹੜੀਆਂ ਪੋਲੀਥੀਨ ਜਿਹੜੇ ਹੁੰਦੇ ਨੇ ਉਹ, ਅਤੇ ਮਿਊਂਸੀਪੈਲਿਟੀ ਦਾ ਜਿਹੜਾ ਵੀ ਕਚਰਾ ਹੁੰਦਾ ਹੈ ਜਿਵੇਂ ਸਬਜ਼ੀਆਂ ਵਗੈਰਾ, ਬਚੀਆਂ ਹੋਇਆ ਖਾਣਾ, ਇਹ ਸਭ ਕੁਝ ਜਿਹੜਾ ਹੈ ਕਾਲੇ ਰੰਗ ਦੇ ਡੱਬੇ ਵਿੱਚ ਪਾਇਆ ਜਾਂਦਾ ਹੈ। ਇੱਥੋਂ ਜਿਹੜੀ ਹੈ ਮਿਊਂਸੀਪੈਲਿਟੀ ਜਿਹੜੀ ਹੈ ਉਹ ਕਾਲੇ ਰੰਗ ਦੇ ਡੱਬੇ ਵਿੱਚੋਂ ਇਹ ਸਭ ਕੁਝ ਲੈ ਜਾਂਦੀ ਹੈ। ਨੈਕਸਟ ਕੁਸ਼ਚਨ ਵੇਖਦੇ ਹਾਂ ਜੀ, ਆਪਣਾ ਨੈਕਸਟ ਕੁਸ਼ਚਨ ਹੈ ਜੀ, ਸੰਕ੍ਰਮਿਤ ਦਸਤਾਨੇ ਕਿਸ ਰੰਗ ਦੇ ਡਸਟਬਿਨ ਵਿੱਚ ਸੁੱਟੇ ਜਾਂਦੇ ਹਨ। ਤੁਹਾਡੇ ਕੋਲ ਚਾਰ ਆਪਸ਼ਨ ਨੇ, ਆਪਸ਼ਨ ਏ ਹੈ ਜੀ ਲਾਲ, ਆਪਸ਼ਨ ਨੰਬਰ ਬੀ ਹੈ ਜੀ ਪੀਲਾ, ਆਪਸ਼ਨ ਨੰਬਰ ਸੀ ਹੈ ਜੀ ਕਾਲਾ, ਆਪਸ਼ਨ ਨੰਬਰ ਡੀ ਹੈ ਜੀ ਨੀਲਾ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਏ ਚੁਣਿਆ ਜੀ ਲਾਲ, ਲਾਲ ਰੰਗ ਦਾ ਜਿਹੜਾ ਡਸਟਬਿਨ ਹੈ ਜੀ ਉਹਦੇ ਵਿੱਚ ਸੰਕ੍ਰਮਿਤ ਦਸਤਾਨੇ ਸੁੱਟੇ ਜਾਂਦੇ ਨੇ, ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੈ ਜੀ। ਨੈਕਸਟ ਕੁਸ਼ਚਨ ਵੇਖਦੇ ਹਾਂ ਜੀ, ਆਪਣਾ ਨੈਕਸਟ ਕੁਸ਼ਚਨ ਹੈ ਜੀ, ਸੰਕ੍ਰਮਿਤ ਡ੍ਰਿਪ ਸੈੱਟ ਕਿਹੜੇ ਰੰਗ ਦੇ ਡਸਟਬਿਨ ਵਿੱਚ ਸੁੱਟਿਆ ਜਾਂਦਾ ਹੈ। ਤੁਹਾਡੇ ਕੋਲ ਚਾਰ ਆਪਸ਼ਨ ਨੇ, ਆਪਸ਼ਨ ਏ ਹੈ ਜੀ ਲਾਲ, ਆਪਸ਼ਨ ਨੰਬਰ ਬੀ ਹੈ ਜੀ ਹਰਾ,
ਆਪਸ਼ਨ ਨੰਬਰ ਸੀ ਹੈ ਜੀ ਨੀਲਾ, ਆਪਸ਼ਨ ਨੰਬਰ ਡੀ ਹੈ ਜੀ ਪੀਲਾ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਏ ਚੁਣੀ ਹੈ ਜੀ ਲਾਲ, ਉਹਨਾਂ ਦਾ ਆਂਸਰ ਬਿਲਕੁਲ ਕਰੈਕਟ ਹੈ ਜੀ। ਨੈਕਸਟ ਕੁਐਸਚਨ ਵੇਖਦੇ ਹਾਂ ਜੀ। ਆਪਣਾ ਨੈਕਸਟ ਕੁਐਸਚਨ ਹੈ ਜੀ, ਸੰਕਰਮਿਤ ਹੱਬ ਕੱਟੀ ਹੋਈ ਸਿਰਿੰਜ ਕਿਸ ਬਿਨ ਵਿੱਚ ਸੁੱਟੀ ਜਾਂਦੀ ਹੈ? ਤੁਹਾਡੇ ਕੋਲ ਚਾਰ ਆਪਸ਼ਨ ਨੇ, ਆਪਸ਼ਨ ਏ ਹੈ ਜੀ ਕਾਲਾ, ਆਪਸ਼ਨ ਬੀ ਹੈ ਜੀ ਪੀਲਾ, ਆਪਸ਼ਨ ਨੰਬਰ ਸੀ ਹੈ ਜੀ ਨੀਲਾ, ਆਪਸ਼ਨ ਨੰਬਰ ਡੀ ਹੈ ਜੀ ਲਾਲ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਡੀ ਚੁਣੀ ਹੈ ਜੀ ਲਾਲ, ਉਹਨਾਂ ਦਾ ਆਂਸਰ ਬਿਲਕੁਲ ਕਰੈਕਟ ਹੈ ਜੀ। ਜਿਹੜੀਆਂ ਵੀ ਪਲਾਸਟਿਕ ਨਾਲ ਰਿਲੇਟਡ ਚੀਜ਼ਾਂ ਨੇ ਉਹ ਆਪਾਂ ਕਿਹੜੇ ਡਸਟਬਿਨ ਵਿੱਚ ਪਾਉਂਦੇ ਹਾਂ? ਲਾਲ ਰੰਗ ਦੇ ਡਸਟਬਿਨ ਵਿੱਚ। ਇਹਦੇ ਵਿੱਚ ਹੱਬ ਕੱਟੀ ਹੋਈ ਸੂਈ ਤੋਂ ਕੀ ਭਾਵ ਹੈ ਜੀ? ਹੱਬ ਕੱਟੀ ਹੋਈ ਸਿਰਿੰਜ ਮਤਲਬ ਹੈ ਇਸਦਾ ਵੀ ਉਹਦੇ ਵਿੱਚੋਂ ਜਿਹੜੀ ਹੈ ਸੂਈ ਕੱਟੀ ਹੁੰਦੀ ਹੈ ਅਤੇ ਸੂਈ ਜਿਹੜੀ ਹੈ ਉਹ ਅਲੱਗ ਡਸਟਬਿਨ ਵਿੱਚ ਪਾਈ ਜਾਂਦੀ ਹੈ ਅਤੇ ਜਿਹੜੀ ਸਿਰੰਜ ਹੁੰਦੀ ਹੈ ਉਹ ਲਾਲ ਰੰਗ ਦੇ ਜਿਹੜਾ ਡੱਬੇ ਵਿੱਚ ਪਾਈ ਜਾਂਦੀ ਹੈ। ਨੈਕਸਟ ਕੁਐਸਚਨ ਵੇਖਦੇ ਹਾਂ ਜੀ। ਆਪਣਾ ਨੈਕਸਟ ਕੁਐਸਚਨ ਹੈ ਜੀ, ਸੰਕਰਮਿਤ ਰਾਇਲਸ ਟਿਊਬ ਕਿਸ ਬਿਨ ਵਿੱਚ ਸੁੱਟੀ ਜਾਂਦੀ ਹੈ? ਤੁਹਾਡੇ ਕੋਲ ਚਾਰ ਆਪਸ਼ਨ ਨੇ, ਆਪਸ਼ਨ ਏ ਹੈ ਜੀ ਨੀਲਾ, ਆਪਸ਼ਨ ਬੀ ਹੈ ਜੀ ਲਾਲ, ਆਪਸ਼ਨ ਨੰਬਰ ਸੀ ਹੈ ਜੀ ਪੀਲਾ ਅਤੇ ਆਪਸ਼ਨ ਨੰਬਰ ਡੀ ਹੈ ਜੀ ਸਫੇਦ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਬੀ ਚੁਣਿਆ ਜੀ ਲਾਲ, ਉਹਨਾਂ ਦਾ ਆਂਸਰ ਬਿਲਕੁਲ ਕਰੈਕਟ ਹੈ ਜੀ। ਜੇਕਰ ਦੋਸਤੋ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਵਿੱਚ ਸ਼ੇਅਰ ਕਰ ਦਿਉ। ਨੈਕਸਟ ਕੁਐਸਚਨ ਵੇਖਦੇ ਹਾਂ ਜੀ। ਆਪਣਾ ਨੈਕਸਟ ਕੁਐਸਚਨ ਹੈ ਜੀ, ਯੂਰੀਨ ਬੈਗ ਕਿਸ ਕਲਰ ਦੇ ਡਸਟਬਿਨ ਵਿੱਚ ਸੁੱਟਿਆ ਜਾਂਦਾ ਹੈ? ਤੁਹਾਡੇ ਕੋਲ ਚਾਰ ਆਪਸ਼ਨ ਨੇ, ਆਪਸ਼ਨ ਏ ਹੈ ਜੀ ਨੀਲਾ, ਆਪਸ਼ਨ ਨੰਬਰ ਬੀ ਹੈ ਜੀ ਪੀਲਾ, ਆਪਸ਼ਨ ਨੰਬਰ ਸੀ ਹੈ ਜੀ ਲਾਲ, ਆਪਸ਼ਨ ਨੰਬਰ ਡੀ ਹੈ ਜੀ ਕਾਲਾ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਸੀ ਚੁਣਿਆ ਜੀ ਉਹਨਾਂ ਦਾ ਆਂਸਰ ਬਿਲਕੁਲ ਕਰੈਕਟ ਹੈ ਜੀ। ਲਾਲ ਰੰਗ ਦੇ ਡਸਟਬਿਨ ਵਿੱਚ ਯੂਰੀਨ ਬੈਗ ਜਿਹੜਾ ਹੈ ਸੁੱਟਿਆ ਜਾਂਦਾ ਹੈ। ਨੈਕਸਟ ਕੁਐਸਚਨ ਵੇਖਦੇ ਹਾਂ ਜੀ। ਆਪਣਾ ਨੈਕਸਟ ਕੁਐਸਚਨ ਹੈ ਜੀ, ਸੰਕਰਮਿਤ ਪਲੇਸੈਂਟਾ ਕਿਸ ਰੰਗ ਦੇ ਬੋਕਸ ਵਿੱਚ ਸੁੱਟਿਆ ਜਾਂਦਾ ਹੈ ਜਾਂ ਕਿਸ ਰੰਗ ਦੇ ਡਸਟਬਿਨ ਵਿੱਚ ਸੁੱਟਿਆ ਜਾਂਦਾ ਹੈ? ਤੁਹਾਡੇ ਕੋਲ ਚਾਰ ਆਪਸ਼ਨ ਨੇ, ਆਪਸ਼ਨ ਏ ਹੈ ਜੀ ਨੀਲਾ, ਆਪਸ਼ਨ ਨੰਬਰ ਬੀ ਹੈ ਜੀ ਪੀਲਾ, ਆਪਸ਼ਨ ਸੀ ਹੈ ਜੀ ਸਫੇਦ, ਆਪਸ਼ਨ ਨੰਬਰ ਡੀ ਹੈ ਜੀ ਲਾਲ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਬੀ ਚੁਣਿਆ ਜੀ ਪੀਲਾ, ਉਹਨਾਂ ਦਾ ਆਂਸਰ ਬਿਲਕੁਲ ਕਰੈਕਟ ਹੈ ਜੀ। ਤੁਸੀਂ ਯਾਦ ਕਿਵੇਂ ਕਰਨਾ ਹੈ? ਪੀਲਾ ਤੋਂ ਪਲੇਸੈਂਟਾ, ਪਲੇਸੈਂਟਾ ਤੋਂ ਪੀਲਾ। ਨੈਕਸਟ ਕੁਐਸਚਨ ਵੇਖਦੇ ਹਾਂ ਜੀ। ਆਪਣਾ ਨੈਕਸਟ ਕੁਐਸਚਨ ਹੈ ਜੀ, ਮਰੇ ਹੋਏ ਜੀਵ ਜੰਤੂ ਕਿਸ ਰੰਗ ਦੇ ਬਿਨ ਵਿੱਚ ਸੁੱਟੇ ਜਾਂਦੇ ਹਨ? ਜਿਹੜਾ ਹੋਸਪਿਟਲ ਦੇ ਵਿੱਚ ਜਿਹੜੇ ਜੀਵ ਜੰਤੂ ਮਰੇ ਹੁੰਦੇ ਨੇ ਉਹਨਾਂ ਨੂੰ ਕਿਸ ਰੰਗ ਦੇ ਜਿਹੜਾ ਹੈ ਡਸਟਬਿਨ ਹੈ ਉਹਦੇ ਵਿੱਚ ਸੁੱਟਿਆ ਜਾਂਦਾ ਹੈ? ਤੁਹਾਡੇ ਕੋਲ ਚਾਰ ਆਪਸ਼ਨ ਨੇ, ਆਪਸ਼ਨ ਏ ਹੈ ਜੀ ਨੀਲਾ, ਆਪਸ਼ਨ ਬੀ ਹੈ ਜੀ ਪੀਲਾ, ਆਪਸ਼ਨ ਨੰਬਰ ਸੀ ਹੈ ਜੀ ਕਾਲਾ, ਆਪਸ਼ਨ ਨੰਬਰ ਡੀ ਹੈ ਜੀ ਸਫੇਦ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਬੀ ਚੁਣਿਆ ਜੀ ਪੀਲਾ, ਉਹਨਾਂ ਦਾ ਆਂਸਰ ਬਿਲਕੁਲ ਕਰੈਕਟ ਹੈ ਜੀ। ਨੈਕਸਟ ਕੁਐਸਚਨ ਵੇਖਦੇ ਹਾਂ ਜੀ। ਆਪਣਾ ਨੈਕਸਟ ਕੁਐਸਚਨ ਹੈ ਜੀ, ਮਾਨਵ ਅੰਗ ਕੱਟੇ ਹੋਏ ਐਕਸਪਾਇਰਡ ਦਵਾਈਆਂ ਕਿਹੜੇ ਰੰਗ ਦੇ ਡਸਟਬਿਨ ਵਿੱਚ ਸੁੱਟੀਆਂ ਜਾਂਦੀਆਂ ਹਨ? ਤੁਹਾਡੇ ਕੋਲ ਚਾਰ ਆਪਸ਼ਨ ਨੇ, ਆਪਸ਼ਨ ਏ ਹੈ ਜੀ ਸਫੇਦ, ਆਪਸ਼ਨ ਬੀ ਹੈ ਜੀ ਪੀਲਾ, ਆਪਸ਼ਨ ਨੰਬਰ ਸੀ ਹੈ ਜੀ ਨੀਲਾ ਅਤੇ ਆਪਸ਼ਨ ਨੰਬਰ ਡੀ ਹੈ ਜੀ ਲਾਲ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਬੀ ਚੁਣਿਆ ਜੀ ਉਹਨਾਂ ਦਾ ਆਂਸਰ ਬਿਲਕੁਲ ਕਰੈਕਟ ਹੈ ਜੀ। ਪੀਲੇ ਰੰਗ ਦੇ ਡਸਟਬਿਨ ਵਿੱਚ ਜਿਹੜੇ ਵੀ ਮਾਨਵ ਅੰਗ ਜਿਹੜੇ ਹੁੰਦੇ ਨੇ ਕੱਟੇ ਹੋਏ ਉਹ ਅਤੇ ਇਸ ਤੋਂ ਇਲਾਵਾ ਜਿਹੜੀਆਂ ਵੀ ਐਕਸਪਾਇਰਡ ਦਵਾਈਆਂ ਨੇ ਉਹ ਸਾਰੀਆਂ ਪੀਲੇ ਰੰਗ ਦੇ ਡਸਟਬਿਨ ਵਿੱਚ ਸੁੱਟੀਆਂ ਜਾਂਦੀਆਂ ਨੇ। ਨੈਕਸਟ ਕੁਐਸਚਨ ਵੇਖਦੇ ਹਾਂ ਜੀ। ਆਪਣਾ ਨੈਕਸਟ ਕੁਐਸਚਨ ਹੈ ਜੀ, ਖੂਨ ਨਾਲ ਲੱਗੀ ਹੋਈ ਰੂਈ ਪੱਟੀ ਕਿਹੜੇ ਰੰਗ ਦੇ ਡਸਟਬਿਨ ਵਿੱਚ ਸੁੱਟੀ ਜਾਂਦੀ ਹੈ? ਜਿਹਨਾਂ ਦੇ ਖੂਨ ਲੱਗਿਆ ਹੁੰਦਾ ਹੈ ਰੂਈ ਦੇ ਪੱਟੀ ਦੇ ਬੈਂਡਿਡ ਦੇ ਉਹਨਾਂ ਨੂੰ ਕਿਹੜੇ ਡਸਟਬਿਨ ਵਿੱਚ ਸੁੱਟਿਆ ਜਾਂਦਾ ਹੈ? ਤੁਹਾਡੇ ਕੋਲ ਚਾਰ ਆਪਸ਼ਨ ਨੇ, ਆਪਸ਼ਨ ਏ ਹੈ ਜੀ ਸਫੇਦ, ਆਪਸ਼ਨ ਬੀ ਹੈ ਜੀ ਪੀਲਾ, ਆਪਸ਼ਨ ਨੰਬਰ ਸੀ ਹੈ ਜੀ ਨੀਲਾ, ਆਪਸ਼ਨ ਨੰਬਰ ਡੀ ਹੈ ਜੀ ਹਰਾ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਬੀ ਚੁਣਿਆ ਜੀ ਪੀਲਾ ਉਹਨਾਂ ਦਾ ਆਂਸਰ ਬਿਲਕੁਲ ਕਰੈਕਟ ਹੈ ਜੀ। ਪੀਲੇ ਰੰਗ ਦੇ ਜਿਹੜਾ ਡਸਟਬਿਨ ਹੁੰਦਾ ਉਹਦੇ ਵਿੱਚ ਖੂਨ ਨਾਲ ਲੱਗੀ ਹੋਈ ਰੂਈ ਪੱਟੀ ਜਾਂ ਕੋਟਨ ਬੈਂਡਿਡ ਇਹ ਸਾਰੇ ਉਹਦੇ ਵਿੱਚ ਸੁੱਟੇ ਜਾਂਦੇ ਨੇ ਪੀਲੇ ਰੰਗ ਦੇ ਡਸਟਬਿਨ ਵਿੱਚ। ਨੈਕਸਟ ਕੁਐਸਚਨ ਵੇਖਦੇ ਹਾਂ ਜੀ। ਆਪਣਾ ਨੈਕਸਟ ਕੁਐਸਚਨ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਸੰਕਰਮਿਤ ਕੂੜਾ ਪੀਲੇ ਡਸਟਬਿਨ ਵਿੱਚ ਸੁੱਟਿਆ ਜਾਂਦਾ ਹੈ? ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ, ਆਪਸ਼ਨ ਏ ਹੈ ਜੀ ਖੂਨ ਦੀ ਖਾਲੀ ਥੈਲੀ, ਆਪਸ਼ਨ ਬੀ ਹੈ ਜੀ ਸੰਕਰਮਿਤ ਦਸਤਾਨੇ, ਆਪਸ਼ਨ ਨੰਬਰ ਸੀ ਹੈ ਜੀ ਯੂਰੀਨ ਬੈਗ, ਆਪਸ਼ਨ ਨੰਬਰ ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਏ ਚੁਣਿਆ ਜੀ ਉਹਨਾਂ ਦਾ ਆਂਸਰ ਬਿਲਕੁਲ ਕਰੈਕਟ ਹੈ ਜੀ।
ਜਿਹੜਾ ਪੀਲੇ ਰੰਗ ਦਾ ਡਸਟਬਿਨ ਹੁੰਦਾ ਹੈ ਜੀ, ਉਹਦੇ ਵਿੱਚ ਖੂਨ ਦੀ ਖਾਲੀ ਥੈਲੀ ਸੁੱਟੀ ਜਾਂਦੀ ਹੈ। ਨੈਕਸਟ ਕੁਐਸਚਨ ਵੇਖਦੇ ਹਾਂ ਜੀ। ਆਪਣਾ ਨੈਕਸਟ ਕੁਐਸਚਨ ਹੈ ਜੀ, ਸੂਈ ਨੂੰ ਹੱਬ ਕੱਟਰ ਨਾਲ ਕੱਟ ਕੇ ਸਿਰਿੰਜ ਨੂੰ ਕਿਸ ਰੰਗ ਦੇ ਡੱਬੇ ਵਿੱਚ ਸੁੱਟਿਆ ਜਾਂਦਾ ਹੈ? ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ। ਆਪਸ਼ਨ ਏ ਹੈ ਜੀ ਪੀਲਾ, ਆਪਸ਼ਨ ਬੀ ਹੈ ਜੀ ਲਾਲ, ਆਪਸ਼ਨ ਨੰਬਰ ਸੀ ਹੈ ਜੀ ਨੀਲਾ, ਆਪਸ਼ਨ ਨੰਬਰ ਡੀ ਹੈ ਜੀ ਸਫੇਦ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਬੀ ਚੁਣਿਆ ਜੀ ਲਾਲ, ਉਹਨਾਂ ਦਾ ਆਂਸਰ ਬਿਲਕੁਲ ਕਰੈਕਟ ਹੈ ਜੀ। ਨੈਕਸਟ ਕੁਐਸਚਨ ਵੇਖਦੇ ਹਾਂ ਜੀ। ਆਪਣਾ ਨੈਕਸਟ ਕੁਐਸਚਨ ਹੈ ਜੀ, ਬਚੀਆਂ ਹੋਈਆ ਜਿਹੜਾ ਭੋਜਨ ਹੁੰਦਾ ਹੈ, ਬਚਿਆ ਹੋਇਆ ਭੋਜਨ, ਉਹ ਕਿਸ ਰੰਗ ਦੇ ਡਸਟਬਿਨ ਵਿੱਚ ਸੁੱਟਿਆ ਜਾਂਦਾ ਹੈ? ਤੁਹਾਡੇ ਕੋਲ ਚਾਰ ਆਪਸ਼ਨ ਨੇ। ਆਪਸ਼ਨ ਏ ਹੈ ਜੀ ਹਰਾ, ਆਪਸ਼ਨ ਬੀ ਹੈ ਜੀ ਪੀਲਾ, ਆਪਸ਼ਨ ਸੀ ਹੈ ਜੀ ਲਾਲ, ਆਪਸ਼ਨ ਨੰਬਰ ਡੀ ਹੈ ਜੀ ਸਫੇਦ। ਜਿਨ੍ਹਾਂ ਵੀ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਏ ਚੁਣਿਆ ਜੀ ਹਰਾ, ਉਹਨਾਂ ਦਾ ਆਂਸਰ ਬਿਲਕੁਲ ਕਰੈਕਟ ਹੈ ਜੀ, ਕਿਉਂਕਿ ਹੋਸਪਿਟਲ ਦੇ ਵਿੱਚ ਕਈ ਥਾਵਾਂ 'ਤੇ ਹਰਾ ਅਤੇ ਕਾਲਾ ਇਹਨਾਂ ਦੋਵਾਂ ਵਿੱਚੋਂ ਇੱਕ ਹੀ ਡਸਟਬਿਨ ਰੱਖਿਆ ਜਾਂਦਾ ਹੈ। ਜੇ ਕਾਲਾ ਹੋਵੇ ਤਾਂ ਕਾਲੇ ਵਿੱਚ ਜਿਹੜਾ ਹੈ ਇਹ ਸਭ ਕੁਝ ਸੁੱਟਿਆ ਜਾਂਦਾ ਹੈ, ਅਤੇ ਜੇ ਹਰਾ ਹੋਵੇ ਤਾਂ ਹਰੇ ਦੇ ਵਿੱਚ ਇਹ ਸਭ ਕੁਝ ਸੁੱਟਿਆ ਜਾਂਦਾ ਹੈ। ਹਾਂਜੀ, ਫਸਟ ਕੁਐਸਚਨ ਹੈਗਾ ਹੈ, ਮੁੱਢਲੀ ਸਹਾਇਤਾ ਕਿਸ ਨੂੰ ਕਹਿੰਦੇ ਹਨ? ਤਾਂ ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਰੋਗੀ ਨੂੰ ਜਿਹੜੀ ਸਹਾਇਤਾ ਦਿੱਤੀ ਜਾਂਦੀ ਹੈ ਉਸਨੂੰ ਕੀ ਕਿਹਾ ਜਾਂਦਾ ਜੀ? ਮੁੱਢਲੀ ਸਹਾਇਤਾ। ਨੈਕਸਟ ਕੁਐਸਚਨ ਹੈਗਾ, ਮੁੱਢਲੀ ਸਹਾਇਤਾ ਦਾ ਉਦੇਸ਼ ਕੀ ਹੈਗਾ? ਤਾਂ ਮੁੱਢਲੀ ਸਹਾਇਤਾ ਦਾ ਉਦੇਸ਼ ਹੁੰਦਾ ਜੀ ਵਿਅਕਤੀ ਦੀ ਜ਼ਿੰਦਗੀ ਨੂੰ ਬਚਾਉਣਾ। ਨੈਕਸਟ ਕੁਐਸਚਨ ਹੈਗਾ, ਮੁੱਢਲੀ ਸਹਾਇਤਾ ਦਾ ਨਿਯਮ ਕੀ ਹੈ? ਤਾਂ ਮੁੱਢਲੀ ਸਹਾਇਤਾ ਦਾ ਨਿਯਮ ਕੀ ਹੈਗਾ ਜੀ? ਏ ਬੀ ਸੀ। ਏ ਦਾ ਮਤਲਬ ਹੈਗਾ ਏਅਰਵੇ ਯਾਨੀ ਕਿ ਸਾਹ ਨਲੀ ਦੀ ਜਾਂਚ, ਬੀ ਦਾ ਮਤਲਬ ਹੈ ਬਰੀਥਿੰਗ ਯਾਨੀ ਕਿ ਸਾਹ ਦੀ ਜਾਂਚ, ਅਤੇ ਸੀ ਦਾ ਮਤਲਬ ਹੈਗਾ ਸਰਕੂਲੇਸ਼ਨ ਯਾਨੀ ਕਿ ਖੂਨ ਪ੍ਰਵਾਹ ਦੀ ਜਾਂਚ। ਨੈਕਸਟ ਕੁਐਸਚਨ ਹੈਗਾ ਜੀ, ਜਲਨ ਵਾਲੀ ਜਗ੍ਹਾ ਦਾ ਰੰਗ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ? ਤਾਂ ਉਹ ਹੋ ਜਾਂਦਾ ਜੀ ਲਾਲ। ਨੈਕਸਟ ਕੁਐਸਚਨ ਦਿੱਤਾ ਹੋਇਆ, ਰੋਗੀ ਦੇ ਬੇਹੋਸ਼ ਹੋਣ 'ਤੇ ਸਾਹ ਬੰਦ ਹੋਣ 'ਤੇ ਕੀ ਕਰਨਾ ਚਾਹੀਦਾ ਹੈ? ਤਾਂ ਕੀ ਕਰਨਾ ਚਾਹੀਦਾ ਜੀ? ਬਨਾਵਟੀ ਸਾਹ ਦੇਣਾ ਚਾਹੀਦਾ। ਹਾਂਜੀ, ਨੈਕਸਟ ਕੁਐਸਚਨ ਹੈਗਾ, ਬਨਾਵਟੀ ਸਾਹ ਦੇਣ ਦੀਆਂ ਕਿਹੜੀਆਂ ਕਿਹੜੀਆਂ ਵਿਧੀਆਂ ਹਨ? ਤਾਂ ਫਸਟ ਹੈਗੀ ਹੈ ਸੇਫਰ ਵਿਧੀ, ਸੈਕਿੰਡ ਹੈਗੀ ਜੀ ਸਿਲਵੈਸਟਰ ਵਿਧੀ, ਅਤੇ ਥਰਡ ਹੈਗੀ ਹੈ ਹੋਲਗਰ ਨੀਲਸਨ ਵਿਧੀ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਮੁੱਢਲੀ ਸਹਾਇਤਾ ਦੇ ਦੁਆਰਾ ਡੁੱਬੇ ਹੋਏ ਵਿਅਕਤੀ ਦੇ ਢਿੱਡ ਵਿੱਚੋਂ ਪਾਣੀ ਕੱਢਣਾ ਚਾਹੀਦਾ ਹੈ, ਕਿਸ ਤਰ੍ਹਾਂ ਕੱਢਣਾ ਚਾਹੀਦਾ ਜੀ? ਉਲਟੇ ਕੜੇ 'ਤੇ ਲਿਟਾ ਕੇ। ਫਿਰ ਤੋਂ ਰਿਪੀਟ ਕਰਦੇ ਰਹੇ ਜੀ, ਕੁਐਸਚਨ ਇੰਪੋਰਟੈਂਟ ਹੈਗਾ। ਮੁੱਢਲੀ ਸਹਾਇਤਾ ਦੇ ਦੁਆਰਾ ਡੁੱਬੇ ਹੋਏ ਵਿਅਕਤੀ ਦੇ ਢਿੱਡ ਵਿੱਚੋਂ ਪਾਣੀ ਕੱਢਣਾ ਚਾਹੀਦਾ ਹੈ, ਕਿਸ ਤਰ੍ਹਾਂ ਕੱਢਣਾ ਚਾਹੀਦਾ ਹੈ? ਉਲਟੇ ਕੜੇ 'ਤੇ ਲਿਟਾ ਕੇ। ਨੈਕਸਟ ਕੁਐਸਚਨ ਹੈਗਾ ਜੀ, ਜੇਕਰ ਕੋਈ ਵਿਅਕਤੀ ਬਿਮਾਰ ਹੈ ਤਾਂ ਉਸਨੂੰ ਕਿਸ ਤਰ੍ਹਾਂ ਦਾ ਦੁੱਧ ਪੀਣ ਲਈ ਦੇਣਾ ਚਾਹੀਦਾ? ਤਾਂ ਉਸਨੂੰ ਗਰਮ ਦੁੱਧ ਦੇਣਾ ਚਾਹੀਦਾ। ਨੈਕਸਟ ਕੁਐਸਚਨ ਹੈਗਾ ਜੀ, ਜ਼ਹਿਰੀਲੇ ਜਾਨਵਰ ਦੇ ਦੁਆਰਾ ਕੱਟਣ 'ਤੇ ਸਰੀਰ ਵਿੱਚ ਚੀਜ਼ ਦੇ ਫੈਲਣ ਦਾ ਡਰ ਰਹਿੰਦਾ ਹੈ? ਕਿਸ ਚੀਜ਼ ਦੇ ਫੈਲਣ ਦਾ ਡਰ ਰਹਿੰਦਾ ਜੀ? ਜ਼ਹਿਰ ਦੇ ਫੈਲਣ ਦਾ ਡਰ ਰਹਿੰਦਾ। ਹਾਂਜੀ, ਨੈਕਸਟ ਕੁਐਸਚਨ ਹੈਗਾ, ਤੇਜ਼ਾਬ ਦੁਆਰਾ ਜਲੇ ਹੋਏ ਅੰਗ ਨੂੰ ਕਿਸ ਚੀਜ਼ ਨਾਲ ਧੋਣਾ ਚਾਹੀਦਾ ਹੈ? ਤਾਂ ਕਿਸ ਨਾਲ ਧੋਣਾ ਚਾਹੀਦਾ ਜੀ? ਸਾਦੇ ਪਾਣੀ ਨਾਲ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ, ਜ਼ਹਿਰੀਲੇ ਜਾਨਵਰ ਦੇ ਕੱਟਣ ਜਾਂ ਡੱਸਣ ਤੋਂ ਤੁਰੰਤ ਬਾਅਦ ਕੀ ਕਰਨਾ ਚਾਹੀਦਾ ਹੈ? ਤਾਂ ਕੀ ਕਰਨਾ ਚਾਹੀਦਾ ਜੀ? ਜ਼ਹਿਰ ਨੂੰ ਸਰੀਰ ਵਿੱਚ ਫੈਲਣ ਤੋਂ ਰੋਕਣਾ ਚਾਹੀਦਾ ਹੈ। ਮੁੱਢਲੀ ਸਹਾਇਤਾ ਕਦੋਂ ਤੱਕ ਦੇਣੀ ਚਾਹੀਦੀ ਹੈ? ਕੁਐਸਚਨ ਵੈਰੀ ਇੰਪੋਰਟੈਂਟ ਹੈਗਾ ਜੀ, ਮੁੱਢਲੀ ਸਹਾਇਤਾ ਡਾਕਟਰੀ ਸਹਾਇਤਾ ਮਿਲਣ ਤੱਕ ਦੇਣੀ ਚਾਹੀਦੀ ਹੈ। ਨੈਕਸਟ ਕੁਐਸਚਨ ਹੈਗਾ, ਡੱਸੇ ਹੋਏ ਸਥਾਨ ਨੂੰ ਕਿਸ ਦਵਾਈ ਨਾਲ ਧੋਣਾ ਚਾਹੀਦਾ ਹੈ? ਤਾਂ ਉਸਨੂੰ ਲਾਲ ਦਵਾਈ ਨਾਲ ਧੋਣਾ ਚਾਹੀਦਾ। ਡੰਗ ਲੱਗਣ ਵਾਲਾ ਸਥਾਨ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ? ਤਾਂ ਉਹ ਕਿਸ ਤਰ੍ਹਾਂ ਦਿਖਾਈ ਦਿੰਦਾ ਜੀ? ਸੁੱਜਿਆ ਹੋਇਆ ਅਤੇ ਲਾਲ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ, ਹਲਕੇ ਕੁੱਤੇ ਦੀ ਲਾਰ ਵਿੱਚ ਕੀ ਹੁੰਦਾ ਹੈ? ਤਾਂ ਕੀ ਹੁੰਦਾ ਜੀ? ਜ਼ਹਿਰ। ਜੇਕਰ ਕਿਸੇ ਵਿਅਕਤੀ ਨੂੰ ਕੁੱਤੇ ਨੇ ਕੱਟਿਆ ਹੈ ਤਾਂ ਉਸ ਦੀ ਕਿੰਨੇ ਦਿਨ ਨਿਗਰਾਨੀ ਕਰਨੀ ਚਾਹੀਦੀ ਹੈ? ਤਾਂ 10 ਤੋਂ 14 ਦਿਨ ਤੱਕ ਉਸ ਦੀ ਨਿਗਰਾਨੀ ਕਰਨੀ ਚਾਹੀਦੀ ਹੈ, ਜੇਕਰ ਕਿਸੇ ਵਿਅਕਤੀ ਨੂੰ ਕੁੱਤੇ ਨੇ ਕੱਟਿਆ ਹੋਵੇ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ, ਨੈਕਸਟ ਕੁਐਸਚਨ ਹੈਗਾ ਜੀ, ਸੱਟ ਲੱਗਣ 'ਤੇ ਲਹੂ ਨੂੰ ਵਗਣ ਤੋਂ ਕਿਵੇਂ ਰੋਕਣਾ ਚਾਹੀਦਾ ਹੈ? ਤਾਂ ਫਸਟ ਹੈਗਾ ਜੀ, ਜਿਸ ਅੰਗ 'ਤੇ ਸੱਟ ਲੱਗੀ ਹੈ ਉਸਨੂੰ ਉੱਪਰ ਚੁੱਕ ਲੈਣਾ ਚਾਹੀਦਾ ਹੈ, ਅਤੇ ਸੈਕਿੰਡ ਦਿੱਤਾ ਹੈ ਸਾਫ਼ ਕੱਪੜੇ ਨਾਲ ਉਸਦੇ ਦਬਾਅ ਪਾਉਣਾ ਚਾਹੀਦਾ ਹੈ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ, ਮੁੱਢਲੀ ਸਹਾਇਤਾ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਦੋਂ ਕੀਤੀ ਗਈ ਸੀ? ਤਾਂ ਕਦੋਂ ਕੀਤੀ ਗਈ ਸੀ? 1879 ਨੂੰ ਕੀਤੀ ਗਈ ਸੀ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ, ਮੁੱਢਲੀ ਸਹਾਇਤਾ ਬਾਕਸ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਹੈ? ਤਾਂ ਉਸ ਵਿੱਚ ਕੀ ਚੀਜ਼ ਜ਼ਰੂਰੀ ਹੋਣੀ ਚਾਹੀਦੀ ਹੈ ਜੀ? ਪੱਟੀ, ਕੈਂਚੀ, ਸੂਈ, ਚਿਮਟੀ, ਸੇਫਟੀ ਪਿੰਨ, ਡੈਟੋਲ ਅਤੇ ਦਰਦ ਨਿਵਾਰਕ ਦਵਾਈਆਂ।
फिर तो रिपीट कर देने जी, मुढ़ली सहायता बॉक्स विच की कुछ होना चाहिए तो पट्टी कैंची सूई चिमटी सेफ्टी पिन डिटोल ते दर्द निवारक दवाइयां। नैक्सट क्वेश्चन हैगा जी, हड्डी दे टूटन नूं की कहिंदे हन, तां उसनूं की कहिंदे हन फ्रैक्चर। नैक्सट क्वेश्चन हैगा जी, बर्फ नाल जो थरैपी करन नूं की कहिंदे हन, तां बर्फ नाल जिहड़ी थरैपी करी जांदी है उसनूं की कहा जांदा जी कारियोथरेपी जां आइस थरैपी। हाँ जी, नैक्सट क्वेश्चन हैगा, जेकर किसी व्यक्ति नूं बिजली का झटका लग जाए तो तुसीं की करोगे, तो फस्ट हैगा जी सुके डंडे नाल छुड़ाउण की कोशिश, सैकेंड हैगा मेन स्विच नूं बंद करना, तो थर्ड दिता जी रबड़ के दस्ताने नाल छुड़ाओ। हाँ जी, अज का लास्ट क्वेश्चन हैगा, दिल का दौरा पैण ते की करना चाहिए, तो उसके कपड़े ढिले कर दो, उसनों हवा लगन दो, तो जेकर उसकी दवाई चलती है तो वह दवाई जड़ी दिती जाए। हाँ जी फ्रेंड, आज दी वीडियो इत्थे समाप्त करते हैं, जेकर तुहानू वीडियो चंगी लगी होवे तां वीडियो नू लाइक करियो ते ज़्यादा तो ज़्यादा शेयर करियो। हाँ जी, मिलते हैं नैक्सट वीडियो से, उदों तक दे लई टेक केयर।